ਹੈਲੋ एवरीवन वेलकम बैक टू चैनल हाउ टू ਸਿੰਪਲੀਫਾਈ এডুকেਸ਼ਨ ਇਹ ਚੈਨਲ ਤੇ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਹੋਣ ਵਾਲੇ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰਵਾਵਾਂਗੇ ਜਿਵੇਂ ਕਿ ਨਾਇਬ ਤਹਿਸੀਲਦਾਰ ਪਟਵਾਰੀ ਇਹਨਾਂ ਐਗਜ਼ਾਮ ਦੀ ਪ੍ਰੈਪਰੇਸ਼ਨ ਅਸੀਂ ਕਰਵਾਵਾਂਗੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 2020 ਦੇ ਸਭ ਤੋਂ ਜ਼ਿਆਦਾ ਜੋ ਇੰਪੋਰਟੈਂਟ ਕਰੰਟ ਅਫੇਅਰਜ਼ ਹਨ ਉਸ ਦੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਾਰੇ ਹੀ ਐਗਜ਼ਾਮਸ ਲਈ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਨੇ ਜਿੰਨਾ ਐਗਜ਼ਾਮ ਦੇ ਵਿੱਚ ਕਰੰਟ ਅਫੇਅਰ ਪੁੱਛੇ ਜਾਂਦੇ ਹਨ ਤੇ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਨੇ ਆਪਾਂ ਇਹਨਾਂ ਕੁਐਸਚਨਸ ਨੂੰ ਦੇਖ ਲੈਂਦੇ ਹਾਂ ਫਸਟ ਕੁਐਸਚਨ ਹੈ ਐਨ ਡੀਬੀ ਨਿਊ ਡਿਵੈਲਪਮੈਂਟ ਬੈਂਕ ਦੇ ਪ੍ਰੈਜ਼ੀਡੈਂਟ ਕੌਣ ਬਣੇ ਹਨ ਤੇ ਜੋ ਨਵੇਂ ਪ੍ਰੈਜ਼ੀਡੈਂਟ ਬਣੇ ਹਨ ਉਹ ਹਨ ਮਾਰਕਸ ਟਰਾਇਜੋ ਜੋ ਕਿ ਬ੍ਰਾਜ਼ੀਲ ਦੇ ਹਨ ਨਿਊ ਡਿਵੈਲਪਮੈਂਟ ਬੈਂਕ ਜਿਸ ਨੂੰ ਬ੍ਰਿਕਸ ਬੈਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਦਾ ਹੈੱਡਕੁਆਰਟਰ ਸ਼ੰਗਾਈ ਚੀਨ ਦੇ ਵਿੱਚ ਹੈ ਤੇ ਜੋ ਇਸ ਦੇ ਨਿਊ ਡਿਵੈਲਪਮੈਂਟ ਬੈਂਕ ਦੇ ਪ੍ਰੈਜ਼ੀਡੈਂਟ ਬਣੇ ਹਨ ਹੋਣਿਆ ਨਾ ਬਾਕਸ ਟ੍ਰਾਈਜੋ ਨੈਕਸਟ ਇੰਪੋਰਟੈਂਟ ਹੈ ਜੋ 92 ਸੈਕਿੰਡ ਅਕੈਡਮੀ ਅਵਾਰਡਸ ਦਿੱਤੇ ਗਏ ਹਨ ਔਸਕਰ ਅਵਾਰਡਸ ਨੂੰ ਹੀ ਅਕੈਡਮੀ ਅਵਾਰਡਸ ਵੀ ਕਿਹਾ ਜਾਂਦਾ ਹੈ ਇਹਦੇ ਸਬੰਧ ਦੇ ਵਿੱਚ ਜੋ ਮੋਸਟ ਇੰਪੋਰਟਡ ਕੁਐਸਚਨ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਹਨ ਉਹ ਆਪਾਂ ਦੇਖ ਲੈਂਦੇ ਹਾਂ ਬੈਸਟ ਫਿਲਮ ਦਾ ਜੋ ਅਵਾਰਡ ਮਿਲਿਆ ਹੈ ਉਹ ਪੈਰਾਸਾਈਟ ਫਿਲਮ ਨੂੰ ਮਿਲਿਆ ਹੈ ਪੈਰਾਸਾਈਟ ਫਿਲਮ ਨੂੰ ਹੀ ਸਭ ਤੋਂ ਵੱਧ ਅਵਾਰਡ ਮਿਲੇ ਹਨ ਔਸਕਰ ਇਸ ਵਾਰ ਚਾਰ ਅਵਾਰਡ ਮਿਲੇ ਹਨ ਤੇ ਜਿਵੇਂ ਇਹ ਔਸਕਰ ਅਵਾਰਡ ਹਨ ਇਹ ਅਮਰੀਕਨ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਵੱਲੋਂ ਦਿੱਤੇ ਜਾਂਦੇ ਹਨ ਤੇ ਜੋ ਸਭ ਤੋਂ ਵੱਧ ਨੋਮੀਨੇਟ ਫਿਲਮ ਹੋਈ ਹੈ ਸਭ ਤੋਂ ਵੱਧ ਨੋਮੀਨੇਸ਼ਨਸ ਹਨ ਜੋਕਰ ਫਿਲਮ ਦੇ 11 ਨੋਮੀਨੇਸ਼ਨਸ ਹਨ ਇਸ ਦੇ ਬੈਸਟ ਐਕਟਰ ਦਾ ਜੋ ਅਵਾਰਡ ਮਿਲਿਆ ਹੈ ਉਹ ਮਿਲਿਆ ਹੈ ਜੈਕਨ ਫੋਨਿਕਸ ਨੂੰ ਜੋਕਰ ਫਿਲਮ ਲਈ ਬੈਸਟ ਐਕਟਰ ਦਾ ਅਵਾਰਡ ਮਿਲਿਆ ਹੈ ਜੋਕਨ ਫੋਨਿਕਸ ਨੂੰ ਜਰੂਰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਬੈਸਟ ਐਕਟ੍ਰੈਸ ਦਾ ਅਵਾਰਡ ਮਿਲਿਆ ਹੈ ਜੋ ਬੈਸਟ ਐਕਟ੍ਰੈਸ ਦਾ ਅਵਾਰਡ ਮਿਲਿਆ ਹੈ ਉਹ ਰੈਨੀ ਜੈਲ ਵਗਰ ਨੂੰ ਮਿਲਿਆ ਹੈ ਜੁੜੀ ਫਿਲਮ ਲਈ ਰੈਨੀ ਜੈਲ ਵਗਰ ਜੁੜੀ ਫਿਲਮ ਲਈ ਇਸ ਨੂੰ ਬੈਸਟ ਐਕਟ੍ਰੈਸ ਦਾ ਅਵਾਰਡ ਮਿਲਿਆ ਹੈ ਬੈਸਟ ਡਾਇਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਬੋਂਗ ਜੂਨ ਹੋ ਨੂੰ ਮਿਲਿਆ ਪੈਰਾਸਾਈਟ ਫਿਲਮ ਲਈ ਬੋਂਗ ਜੂਨ ਹੋ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ ਬੈਸਟ ਸਿਨੇਮੈਟੋਗ੍ਰਾਫੀ ਫਿਲਮ ਦੀ ਗੱਲ ਕੀਤੀ ਜਾਵੇ 1917 ਫਿਲਮ ਹੈ ਜੋ ਉਸ ਨੂੰ ਬੈਸਟ ਸਿਨੋਮੈਟੋਗ੍ਰਾਫੀ ਫਿਲਮ ਦਾ ਅਵਾਰਡ ਮਿਲਿਆ ਹੈ ਬੈਸਟ ਐਨੀਮੇਟਡ ਫਿਲਮ ਦੀ ਜੋ ਬੈਸਟ ਐਨੀਮੇਟਡ ਫੀਚਰ ਫਿਲਮ ਹੈ ਉਹ ਹੈ ਟੁਆਇਸ ਸਟੋਰੀ 4 ਨੂੰ ਇਹ ਅਵਾਰਡ ਮਿਲਿਆ ਹੈ ਬੈਸਟ ਐਨੀਮੇਟਡ ਫੀਚਰ ਫਿਲਮ ਦਾ ਅਵਾਰਡ ਮਿਲਿਆ ਹੈ ਟੋਰੀ ਟੁਆਇਸ ਸਟੋਰੀ 4 ਨੂੰ ਬੈਸਟ ਡਾਕੂਮੈਂਟਰੀ ਫਿਲਮ ਦਾ ਅਵਾਰਡ ਜੋ ਮਿਲਿਆ ਹੈ ਉਮਿਲਾ ਹੈ ਅਮਰੀਕਨ ਫੈਕਟਰੀ ਨੂੰ ਅਮਰੀਕਨ ਫੈਕਟਰੀ ਨੂੰ ਬੈਸਟ ਡਾਕੂਮੈਂਟਰੀ ਫਿਲਮ ਦਾ ਅਵਾਰਡ ਮਿਲਿਆ ਹੈ ਇੱਕ ਤੁਸੀਂ ਬਹੁਤ ਹੀ ਇੰਪੋਰਟੈਂਟ ਪੁਆਇੰਟ ਯਾਦ ਰੱਖਣਾ ਹੈ ਜੋ ਇੰਡੀਆਜ਼ ਫਰਸਟ ਔਸਕਰ ਵਿਨਰ ਸੀ ਬਾਨੂ ਅਠਈਆ ਇਸ ਨੂੰ 1983 ਦੇ ਵਿੱਚ ਔਸਕਰ ਅਵਾਰਡ ਮਿਲਿਆ ਸੀ ਬਾਨੂ ਅਠਈਆ ਦਾ ਰੀਸੈਂਟਲੀ ਦਿਹਾਂਤ ਹੋ ਗਿਆ ਹੈ ਇਸ ਲਈ ਤੁਸੀਂ ਯਾਦ ਰੱਖਣਾ ਹੈ ਇਸ ਤਰ੍ਹਾਂ ਕੋਚਨ ਪੁੱਛਿਆ ਜਾ ਸਕਦਾ ਹੈ ਇੰਡੀਆਜ਼ ਫਰਸਟ ਔਸਕਰ ਵੀਨਰ ਬਾਨੂ ਅਥਈਆ ਜਿਨ੍ਹਾਂ ਦਾ ਲੇਟੈਸਟ ਲਈ ਜੋ ਦਿਹਾਂਤ ਹੋ ਗਿਆ ਹੈ ਇਸ ਲਈ ਇਹਨਾਂ ਬਾਰੇ ਪੁੱਛਿਆ ਜਾ ਸਕਦਾ ਹੈ ਬਾਨੂ ਅਥਈਆ 1983 ਦੇ ਵਿੱਚ ਪਹਿਲੇ ਇੰਡੀਅਨ ਸਨ ਇਹ ਲੇਡੀਜ਼ ਹਨ ਤੇ ਇਹ ਬਾਨੂ ਅਥਈਆ ਨੂੰ 1983 ਦੇ ਵਿੱਚ ਔਸਕਰ ਅਵਾਰਡ ਮਿਲਿਆ ਸੀ ਤੇ ਇਹਨਾਂ ਨੂੰ ਔਸਕਰ ਅਵਾਰਡ ਜੋ ਮਿਲਿਆ ਸੀ ਉਹ ਕਾਸਟਮ ਡਿਜ਼ਾਈਨ ਦੇ ਲਈ ਮਿਲਿਆ ਸੀ ਨੈਕਸਟ ਜੋ ਇੰਪੋਰਟੈਂਟ ਹਨ ਉਹ ਹਨ 73rd ਬਾਫਤਾ ਅਵਾਰਡਸ ਬਾਫਤਾ ਦਾ ਫੁੱਲ ਫਾਰਮ ਹੈ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ ਸੈਕੰਡ ਨੰਬਰ ਤੇ ਇਹ ਅਵਾਰਡ ਇੰਪੋਰਟੈਂਟ ਹਨ ਤੇ ਇਹਦੇ ਵਿੱਚ ਬੈਸਟ ਫਿਲਮ ਦਾ ਜੋ ਅਵਾਰਡ ਮਿਲਿਆ ਹੈ 1917 ਨੂੰ ਮਿਲਿਆ ਹੈ ਬੈਸਟ ਐਕਟਰ ਉਹੀ ਹਨ ਔਸਕਰ ਵਾਲੇ ਜੈਕਨ ਫੋਨਿਕਸ ਜੋਕਰ ਫਿਲਮ ਲਈ ਬੈਸਟ ਐਕਟ੍ਰੈਸ ਵੀ ਉਹੀ ਨੇ ਰੈਨੀ ਜੈਲਵਾਗਰ ਜੁਡੀ ਫਿਲਮ ਲਈ ਤੇ ਜੋ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ ਵਫਤਾ ਦੇ ਵਿੱਚ ਉਹ ਹੈ ਸैम ਮੈਂਡਿਸ 1917 ਫਿਲਮ ਲਈ ਇਹਨਾਂ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ ਨੈਕਸਟ ਹੈ 65th ਫਿਲਮ ਫੇਅਰ ਅਵਾਰਡਸ ਇਹਦੇ ਵਿੱਚ ਜੋ ਬੈਸਟ ਫਿਲਮ ਰਹੀ ਹੈ ਉਹ ਰਹੀ ਹੈ ਗਲੀਬੋਏ ਗਲੀਬੋਏ ਰਣਵੀਰ ਸਿੰਘ ਬੈਸਟ ਐਕਟਰ ਦਾ ਅਵਾਰਡ ਮਿਲਿਆ ਹੈ ਤੇ ਜੋ ਫਿਲਮ ਰਹੀ ਹੈ ਬੈਸਟ ਉਹ ਹੈ ਗਲੀਬੋਏ ਫਿਲਮ ਫੇਅਰ ਅਵਾਰਡ ਦੀ ਗੱਲ ਕੀਤੀ ਜਾਵੇ ਨੈਕਸਟ ਹਨ ਫਿੱਕੇ ਇੰਡੀਆ ਸਪੋਰਟਸ ਅਵਾਰਡ 2020 ਇਹ ਵੀ ਬਹੁਤ ਇੰਪੋਰਟੈਂਟ ਹਨ ਦੋ ਪਲੇਅਰ ਨੂੰ ਮਿਲਿਆ ਹੈ ਬਜਰੰਗ ਪੂਨੀਆ ਰੈਸਲਿੰਗ ਦੇ ਲਈ ਤੇ ਅਲਾਬੇਲ ਨਿਲ ਵੈਲਾ ਰੀਵਨ ਸ਼ੂਟਰ ਤੇ ਇਹਨਾਂ ਦੋਨਾਂ ਨੂੰ ਫਿੱਕੇ ਇੰਡੀਆ ਸਪੋਰਟਸ ਅਵਾਰਡ ਮਿਲੇ ਹਨ ਨੈਕਸਟ ਗੱਲ ਕਰਦੇ ਹਾਂ ਜੀ ਜੋ ਨਵੇਂ ਪ੍ਰਾਈਮ ਮਿਨਿਸਟਰ ਬਣੇ ਹਨ ਫ੍ਰਾਂਸ ਦੇ ਰੀਸੈਂਟਲੀ ਨਵੇਂ ਪ੍ਰਾਈਮ ਮਿਨਿਸਟਰ ਬਣੇ ਹਨ ਜੀਨ ਕੈਸਟੈਕਸ ਇਸ ਨੂੰ ਤੁਸੀਂ ਯਾਦ ਜਰੂਰ ਯਾਦ ਰੱਖਣਾ ਹੈ ਫ੍ਰਾਂਸ ਦੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਹਨ ਜੀਨ ਕੈਸਟੈਕਸ ਫ੍ਰਾਂਸ ਦੇ ਬਣੇ ਹਨ ਜੀਨ ਕੈਸਟੈਕਸ ਤੇ ਜਾਪਾਨ ਦੇ ਜੋ ਨਵੇਂ ਪ੍ਰਾਈਮ ਮਿਨਿਸਟਰ ਬਣੇ ਹਨ ਜੋਸ਼ੀ ਹਿਦਾ ਸੁਗਾ ਜਾਪਾਨ ਦੇ ਨਿਊ ਪ੍ਰਾਈਮ ਮਿਨਿਸਟਰ ਬਣੇ ਹਨ ਜੋਸ਼ੀ ਹਿਦੇ ਸੁਗਾ ਗੱਲ ਕਰੀਏ ਸ਼੍ਰੀਲੰਕਾ ਦੀ ਤੇ ਸ਼੍ਰੀਲੰਕਾ ਦੇ ਨਿਊ ਪ੍ਰਾਈਮ ਮਿਨਿਸਟਰ ਬਣੇ ਹਨ ਮਹਿੰਦਰਾ ਰਾਜਪਕਸ਼ੇ ਸ਼੍ਰੀਲੰਕਾ ਦੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਹਨ ਮਹਿੰਦਰਾ ਰਾਜਪਕਸ਼ੇ ਤੇ ਇਹਨਾਂ ਦੇ ਹੀ ਛੋਟੇ ਭਰਾ ਪ੍ਰੈਜ਼ੀਡੈਂਟ ਹਨ ਗੋਟਬਈਆ ਰਾਜਪਕਸ਼ੇ ਜੋ ਕਿ ਮਹਿੰਦਰਾ ਰਾਜਪਕਸ਼ੇ ਦੇ ਛੋਟੇ ਭਰਾ ਹਨ ਉਹ ਪ੍ਰੈਜ਼ੀਡੈਂਟ ਹਨ ਪਰ ਜੋ ਰੀਸੈਂਟਲੀ ਬਣੇ ਹਨ ਉਹ ਪ੍ਰਾਈਮ ਮਿਨਿਸਟਰ ਬਣੇ ਹਨ ਤੇ ਪ੍ਰਾਈਮ ਮਿਨਿਸਟਰ ਬਣੇ ਹਨ ਸ਼੍ਰੀਲੰਕਾ ਦੇ ਰੀਸੈਂਟਲੀ ਮਹਿੰਦਰਾ ਰਾਜਪਕਸ਼ੇ ਨੈਕਸਟ ਬਹੁਤ ਹੀ ਇੰਪੋਰਟੈਂਟ ਹੈ Mars ਮਿਸ਼ਨ ਹੈ ਜਿਸ ਦਾ ਨਾਮ ਹੈ ਹੋਪ ਇਸ ਨੂੰ 19 ਜੁਲਾਈ 2020 ਨੂੰ ਲਾਂਚ ਕੀਤਾ ਗਿਆ ਹੈ ਤੇ ਇਹ ਪੁੱਛਿਆ ਜਾ ਸਕਦਾ ਕਿਸ ਨੇ ਲਾਂਚ ਕੀਤਾ ਹੈ ਤਾਂ ਇਹ UAE ਦੇਸ਼ ਨੇ ਲਾਂਚ ਕੀਤਾ ਹੈ ਨੈਕਸਟ ਇੱਕ ਦਾ ਮਿਸ਼ਨ ਹੈ ਇੱਕ ਤੇ ਇਸ ਮਿਸ਼ਨ ਦਾ ਨਾਮ ਹੈ Mars 2020 ਇਸ ਨੂੰ ਲਾਂਚ ਕੀਤਾ ਹੈ USA ਨੇ 30 ਜੁਲਾਈ 2020 ਨੂੰ ਇਹਦੇ ਵਿੱਚ ਰੋਵਰ ਦਾ ਨਾਮ ਪੁੱਛਿਆ ਜਾ ਸਕਦਾ ਹੈ ਪਰਸੀ ਵੈਰੈਂਸ ਇਸ ਦੇ ਰੋਵਰ ਦਾ ਨਾਮ ਹੈ ਇੱਕ ਛੋਟਾ ਹੈਲੀਕਾਪਟਰ ਵੀ ਭੇਜਿਆ ਗਿਆ ਹੈ ਜਿਸ ਦਾ ਨਾਂ ਹੈ ਇੰਜਿਨੀਟੀ ਇਸ ਨੂੰ ਵੀ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਇਹ ਰੀਸੈਂਟਲੀ ਹੀ 18 ਫਰਵਰੀ 2021 ਨੂੰ Mars ਦੀ ਸਤ੍ਹਾ ਤੇ ਟੈਰੀਜੋ ਕਰੈਟਰ ਨੂੰ ਟੱਚ ਕਰੇਗਾ ਇਹ ਵੀ ਬਹੁਤ ਇੰਪੋਰਟੈਂਟ ਹੈ ਰੀਸੈਂਟਲੀ ਟੱਚ ਕਰਨ ਵਾਲਾ ਹੈ Mars 2020 ਮਿਸ਼ਨ ਹੈ USCA ਦੁਆਰਾ ਇਹ ਲਾਂਚ ਕੀਤਾ ਗਿਆ ਹੈ ਰੋਵਰ ਦਾ ਨਾਂ ਹੈ ਪਰਸੀਵੈਰੈਂਸ ਤੇ ਛੋਟੇ ਹੈਲੀਕਾਪਟਰ ਦਾ ਨਾਂ ਹੈ ਇੰਜਿਨੀਟੀ ਨੈਕਸਟ ਕੁਐਸਚਨ ਦੇਖਦੇ ਆ ਜੀ ਵਰਲਡਸ ਫਾਸਟਸਟ ਹਿਊਮਨ ਕੈਲਕੂਲੇਟਰ ਕੌਣ ਬਣੇ ਹਨ ਤਾਂ ਹైదరాబాద్ੀ ਨੀਲਕੰਠ ਬਾਨੂੰ ਪ੍ਰਕਾਸ਼ ਜੋ ਦੁਨੀਆ ਦੇ ਫਾਸਟਸਟ ਹਿਊਮਨ ਕੰਪਿਊਟਰ ਹਿਊਮਨ ਕੈਲਕੂਲੇਟਰ ਬਣ ਗਏ ਹਨ ਹਿਊਮਨ ਕੈਲਕੂਲੇਟਰ ਦੀ ਗੱਲ ਹੋ ਰਹੀ ਆ ਤੇ ਬਣੇ ਹਨ ਨੀਲਕੰਠ ਬਾਨੂੰ ਪ੍ਰਕਾਸ਼ ਵਰਲਡਸ ਫਾਸਟਸਟ ਸੁਪਰ ਕੰਪਿਊਟਰ ਕਿਹੜਾ ਹੈ ਤਾਂ ਰੀਸੈਂਟਲੀ ਫੂ ਗਾਕੂ ਜੋ ਜਪਾਨ ਦਾ ਸੁਪਰ ਕੰਪਿਊਟਰ ਹੈ ਉਹ ਵਰਲਡਸਟ ਸੁਪਰ ਕੰਪਿਊਟਰ ਬਣ ਗਿਆ ਹੈ ਫੂਗਾਕੂ ਜਪਾਨ ਦਾ ਕੰਪਿਊਟਰ ਹੈ ਫੂਗਾਕੂ ਜਿਸ ਨੂੰ ਕਿ ਸੁਪਰ ਕੰਪਿਊਟਰ ਵਿੱਚ ਰੈਂਕ 1 ਮਿਲਿਆ ਹੈ ਇੰਡੀਆਸ ਫਾਸਟੈਸਟ ਸੁਪਰ ਕੰਪਿਊਟਰ ਦੀ ਗੱਲ ਕੀਤੀ ਜਾਵੇ ਤਾਂ ਪਰਮ ਸਿੱਧੀ ਹੈ ਜੋ ਇਹ ਇੰਡੀਆ ਦਾ ਫਾਸਟੈਸਟ ਸੁਪਰ ਕੰਪਿਊਟਰ ਹੈ ਜਿਸ ਨੂੰ ਵਰਲਡ ਦੇ ਵਿੱਚ ਰੈਂਕ ਮਿਲਿਆ ਹੈ 63rd ਰੈਂਕ ਮਿਲਿਆ ਹੈ ਪਰਮ ਸਿੱਧੀ ਇੰਡੀਆ ਦਾ ਫਾਸਟਰ ਸੁਪਰ ਕੰਪਿਊਟਰ ਹੈ ਨੈਕਸਟ ਹੈ ਇੰਡੀਆਜ਼ ਓਨਲੀ ਸਟੇਟ ਵਿਦ 3 ਕੈਪੀਟਲ ਤੇ ਕਿਹੜਾ ਇੰਡੀਆ ਦਾ ਸਟੇਟ ਆ ਜਿੱਥੇ ਤਿੰਨ ਕੈਪੀਟਲ ਹਨ ਤੇ ਉਹ ਸਟੇਟ ਹੈ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੇ ਜੋ ਅਮਰਾਵਤੀ ਹੈ ਉਹ ਲੈਜਿਸਲੇਟਿਵ ਕੈਪੀਟਲ ਹੈ ਜੋ ਵਿਸ਼ਾਖਾਪਟਨਮ ਹੈ ਐਗਜ਼ੀਕਿਊਟਿਵ ਕੈਪੀਟਲ ਹੈ ਕਰਨੂਲ ਜੋ ਹੈ ਉਹ ਜੁਡੀਸ਼ੀਅਲ ਕੈਪੀਟਲ ਹੈ ਗਵਰਨਰ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਕਿਉਂਕਿ ਗਵਰਨਰ ਨੇ ਰੀਸੈਂਟਲੀ ਲਾਂਚ ਕੀਤੀਆਂ ਹਨ ਤੇ ਜੋ ਗਵਰਨਰ ਦਾ ਨਾਮ ਹੈ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ ਵਿਸ਼ਵਾ ਬੂਸ਼ਨ ਹਰੀ ਚੰਦਨ ਚੀਫ ਮਿੰისტਰ ਹਨ ਜਗਨਮੋਰ ਰੈਡੀ ਪਰ ਜੋ ਗਵਰਨਰ ਹੈ ਉਹ ਜਾਦਾ ਇੰਪੋਰਟੈਂਟ ਨੇ ਵਿਸ਼ਵਾਭੂਸ਼ਣ ਹਰੀ ਚੰਦਨ ਜੋ 3 ਕੈਪੀਟਲ ਦੀ ਗੱਲ ਕੀਤੀ ਜਾਵੇ ਕਮਰਾਵਤੀ ਲੈਜਿਸਲੇਟਿਵ ਕੈਪੀਟਲ ਹੈ ਵਿਸ਼ਾਖਾਪਟਨਮ ਐਗਜ਼ੀਕਿਊਟਿਵ ਤੇ ਕਰਨੂਲ ਜੁਡੀਸ਼ੀਅਲ ਇੰਡੀਆ ਦਾ ਓਨਲੀ ਸਟੇਟ ਆਂਧਰਾ ਪ੍ਰਦੇਸ਼ਾ ਜਿੱਥੇ 3 ਕੈਪੀਟਲਸ ਨੇ ਨੈਕਸਟ ਗੱਲ ਕਰਦੇ ਆ ਜੀ ਬੀਐਸਐਫ ਦੇ ਨਵੇਂ ਡਾਇਰੈਕਟਰ ਜਨਰਲ ਕੌਣ ਬਣੇ ਹਨ ਇਹ ਬਣੇ ਹਨ ਰਾਕੇਸ਼ ਅਸਥਾਨਾ जो बी एस एफ देस्ट डायरैक्टर जनरल बने हैं राकेश अस्थाना जो पहले डायरैक्टर जनरल सन वो के एफ जो पहले डायरैक्टर जनरल सन सन के एफ रुस्तम जी रुस्तम जी जो के एफ रुस्तम जी के एफ रुस्तम जी पहले डायरैक्टर जनरल सन पर ज़्यादा है ना जो नवे बने हैं राकेश अस्थाना ਜੋ ਬੀਐਸਐਫ ਦੀ ਫਾਊਂਡੇਸ਼ਨ ਹੋਈ ਸੀ 1 ਦਸੰਬਰ 1965 ਨੈਕਸਟ ਹੈ ਨਵਰਦ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਇਸ ਦੇ ਨਵੇਂ ਚੇਅਰਮੈਨ ਕੌਣ ਬਣੇ ਹਨ ਤੇ ਇਸ ਦੇ ਨਵੇਂ ਚੇਅਰ ਬਣੇ ਹਨ ਜੀਆਰ ਚਿੰਤਾਲਾ ਜੀਆਰ ਚਿੰਤਾਲਾ ਗਵਿੰਦਾ ਰਾਜੂਲੂ ਚਿੰਤਾਲਾ ਨਵੇਂ ਚੇਅਰਮੈਨ ਬਣੇ ਹਨ ਨਵਰਦ ਬੈਂਕ ਦੇ ਨੈਕਸਟ ਹੈ ਏਸ਼ੀਆਸ ਲਾਰਜੇਸਟ ਸੋਲਰ ਪਾਵਰ ਪਲਾਂਟ ਕਿਹੜਾ ਹੈ ਇਸ ਦਾ ਉਦਘਾਟਨ ਕੀਤਾ ਗਿਆ ਰੀਸੈਂਟਲੀ ਰੀਵਾ ਮੱਧੇ ਪ੍ਰਦੇਸ਼ ਦੇ ਵਿੱਚ ਏਸ਼ੀਆਸ ਲਾਰਜੇਸਟ ਸੋਲਰ ਸੋਲਰ ਪਲਾਂਟ ਹੈ ਜੇਦੀ ਸ਼ਮਤਾ ਹੈ 750 ਮੈਗਾਵਾਟ ਸਭ ਤੋਂ ਵੱਡਾ ਏਸ਼ੀਆ ਦਾ ਸੋਲਰ ਪਾਵਰ ਪਲਾਂਟ ਹੈ ਰੀਵਾ ਮੱਧੇ ਪ੍ਰਦੇਸ਼ ਦੇ ਵਿੱਚ ਉਦਘਾਟਨ ਹੋਇਆ ਹੈ ਰੀਵਾ ਸੋਲਰ ਪਲਾਂਟ ਕਾਕਰਾਪਾਰ ਐਟੋਮਿਕ ਪਾਵਰ ਸਟੇਸ਼ਨ ਕੇ ਏ ਪੀ ਪੀ 3 ਇਸ ਦਾ ਉਦਘਾਟਨ ਕਿੱਥੇ ਹੋਇਆ ਤਾਂ ਸੂਰਤ ਦੇ ਸੂਤ ਦੇ ਨੇੜੇ ਟਾਪੀ ਰਿਵਰ ਦੇ ਕੰਢੇ ਗੁਜਰਾਤ ਦੇ ਵਿੱਚ ਇਸ ਦਾ ਉਗਾਟਨ ਹੋਇਆ ਹੈ ਜਾਂ ਜੋ ਸਸਤੀ ਬਿਜਲੀ ਪਹੁੰਚਾਈ ਜਾ ਸਕੇ ਕਾਕਰਾਪਾਰ ਐਟੋਮਿਕ ਪਾਵਰ ਸਟੇਸ਼ਨ ਹੈ ਗੁਜਰਾਤ ਦੇ ਵਿੱਚ 440 ਮੀਗਾਵਾਟ ਕੋਜੀਕੋਟ 에ਅਰਪੋਰਟ ਕਿੱਥੇ ਹੈ ਕੋਜੀਕੋਰ 에ਅਰਪੋਰਟ ਨੂੰ ਕਲਕੱਟ 에ਅਰਪੋਰਟ ਵੀ ਕਿਹਾ ਜਾਂਦਾ ਹੈ ਜੋ ਕੋਜੀਕੋਟ 에ਅਰਪੋਰਟ ਹੈ ਇੱਥੇ ਰੀਸੈਂਟਲੀ ਇੱਕ ਪਲੇਨ ਕ੍ਰੈਸ਼ ਹੋ ਗਿਆ ਸੀ ਤੇ ਪੁੱਛਿਆ ਜਾ ਸਕਦਾ ਹੈ ਕੋਜੀਕੋਟ 에ਅਰਪੋਰਟ ਕਿੱਥੇ ਹੈ ਤੇ ਇਹ ਕੇਰਲਾ ਦੇ ਵਿੱਚ ਹੈ ਨੈਕਸਟ ਹੈ ਵਰਲਡ ਫੂਡ ਪ੍ਰਾਈਜ਼ ਇਹ ਕਿਸ ਨੂੰ ਮਿਲਿਆ ਹੈ ਤੇ ਇਸ ਵਾਰ ਦੇ 2020 ਦਾ ਵਰਲਡ ਫੂਡ ਪ੍ਰਾਈਜ਼ ਹੈ ਡਾਕਟਰ ਰਤਨ ਲਾਲ ਨੂੰ ਦਿੱਤਾ ਗਿਆ ਹੈ ਜੋ ਮੂਰੂ ਵਿੱਚ ਇੰਡੀਆ ਦੇ ਸਨ ਇੰਡੀਆ ਮੂਰੂਪ ਤੇ ਅਮਰੀਕਾ ਦੇ ਵਿੱਚ ਬਾਅਦ ਚ ਚਲੇ ਗਏ ਸਨ ਇਹ ਮੂਰੂ ਵਿੱਚ ਇੰਡੀਅਨ ਸਨ ਡਾਕਟਰ ਰਤਨ ਲਾਲ ਇਹਨਾਂ ਨੂੰ ਵਰਲਡ ਫੂਡ ਪ੍ਰਾਈਜ਼ 2020 ਦਿੱਤਾ ਗਿਆ ਹੈ ਵਰਲਡ ਫੂਡ ਪ੍ਰਾਈਜ਼ ਦੀ ਗੱਲ ਕੀਤੀ ਜਾਵੇ ਤਾਂ 1986 ਦੇ ਵਿੱਚ ਐਸਟੈਬਲਿਸ਼ ਹੋਏ ਸਨ ਤੇ 1987 ਵਿੱਚ ਹਰੀ ਕ੍ਰਾਂਤੀ ਦੇ ਜਨਕ ਐਮ ਐਸ ਸੁਆਮੀ ਨਾਥਨ ਨੂੰ ਵੀ ਇਹ ਪ੍ਰਾਈਜ਼ ਮਿਲ ਚੁੱਕਿਆ ਹੈ 2020 ਦੇ ਵਿੱਚ ਡਾਕਟਰ ਰਤਨ ਲਾਲ ਨੂੰ ਮਿਲਿਆ ਹੈ ਨੈਕਸਟ ਬਹੁਤ ਹੀ ਇੰਪੋਰਟੈਂਟ ਹੈ ਐਸ ਬੀ ਆਈ ਦੇ ਨਿਊ ਚੇਅਰਮੈਨ ਕੌਣ ਬਣੇ ਹਨ ਤੇ ਐਸ ਬੀ ਆਈ ਦੇ ਨਿਊ ਚੇਅਰਮੈਨ ਬਣੇ ਹਨ ਦਿਨੇਸ਼ ਕੁਮਾਰ ਖਾਰਾ ਦਿਨੇਸ਼ ਕੁਮਾਰ ਖਾਰਾ ਐਸ ਬੀ ਆਈ ਦੇ ਨਿਊ ਚੇਅਰਮੈਨ ਬਣੇ ਹਨ ਚੀਫ ਇਨਫੋਰਮੇਸ਼ਨ ਕਮਿਸ਼ਨਰ ਕੌਣ ਬਣੇ ਹਨ ਤੇ ਜੋ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੈ ਇਹ ਸਟੈਬਲਿਸ਼ ਹੋਇਆ ਸੀ 2005 ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਰਟੀਆ ਐਕਟ ਲਾਗੂ ਹੋ ਗਿਆ ਸੀ 12 ਅਕਤੂਬਰ 2005 ਦੇ ਵਿੱਚ ਉਦੋਂ ਹੀ ਚੀਫ ਇਨਫੋਰਮੇਸ਼ਨ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਇਸ ਵਾਰ ਦੇ ਸੀਆਈਸੀ ਜੋ ਨਵੇਂ ਬਣੇ ਹਨ ਉਹ ਹਨ ਯਸ਼ਵਰਦਨ ਕੁਮਾਰ ਸਿਨਹਾ ਜੋ ਚੀਫ ਇਨਫੋਰਮੇਸ਼ਨ ਕਮਿਸ਼ਨਰ ਬਣੇ ਹਨ ਨਵੇਂ ਬਣੇ ਹਨ ਉਹ ਹਨ ਯਸ਼ਵਰਦਨ ਕੁਮਾਰ ਸਿਨਹਾ ਨੈਕਸਟ ਗੱਲ ਕਰਦੇ ਹਾਂ ਜੀ ਭਾਰਤ ਰਤਨ ਦੀ ਭਾਰਤ ਰਤਨ 2019 ਕਿੰਨਾ ਕਿੰਨਾਂ ਨੂੰ ਮਿਲਿਆ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਪਰਨਮ ਮੁਖਰਜੀ ਦਾ ਦਿਹਾਂਤ ਹੋ ਗਿਆ ਸੀ 2020 ਦੇ ਵਿੱਚ ਤੇ ਇਸ ਦੇ ਸਬੰਧ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਪਰਨਮ ਮੁਖਰਜੀ ਨੂੰ ਭਾਰਤ ਰਤਨ ਕਦੋਂ ਮਿਲਿਆ ਸੀ ਤਾਂ 2019 ਦੇ ਵਿੱਚ ਪਰਨਮ ਮੁਖਰਜੀ ਨੂੰ ਭਾਰਤ ਰਤਨ ਮਿਲਿਆ ਸੀ ਇਸ ਤੋਂ ਇਲਾਵਾ 2019 ਦੇ ਵਿੱਚ ਜੋ ਭਾਰਤ ਰਤਨ ਮਿਲਿਆ ਸੀ 2019 ਦੇ ਵਿੱਚ ਨਾਨਾਜੀ ਦੇਸ਼ਮੁਖ ਬੁਪੇਨ ਹਜਾਰੀਕਾ ਇਹਨਾਂ ਨੂੰ ਭਾਰਤ ਰਤਨ ਮਿਲਿਆ ਸੀ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ 2019 ਦੇ ਵਿੱਚ ਪ੍ਰਦਮ ਬੁਖਰਜੀ ਨਾਨਾਜੀ ਦੇਸ਼ਮੁਖ ਬੁਪੇਨ ਹਜਾਰੀਕਾ ਇਹਨਾਂ ਨੂੰ ਭਾਰਤ ਰਤਨ ਮਿਲਿਆ ਸੀ ਜੋ ਭਾਰਤ ਰਤਨ ਦੀ ਸਥਾਪਨਾ ਕੀਤੀ ਗਈ ਸੀ ਉਹ 2 ਜਨਵਰੀ 1954 ਜੀ ਕੀਤੀ ਗਈ ਸੀ ਤੇ ਹੁਣ ਤੱਕ 48 ਜਣਿਆਂ ਨੂੰ ਭਾਰਤ ਰਤਨ ਮਿਲ ਚੁੱਕਿਆ ਹੈ ਤੇ ਜੋ ਗੱਲ ਕੀਤੀ ਹੈ ਫਰਸਟ ਭਾਰਤ ਰਤਨ ਦੀ ਤਾਂ ਫਰਸਟ ਜੋ ਭਾਰਤ ਰਤਨ ਮਿਲਿਆ ਸੀ ਜੋ ਪਹਿਲੀ ਵਾਰ 1954 ਦੇ ਵਿੱਚ ਮਿਲਿਆ ਸੀ ਉਹ ਸੀ ਰਾਜਾ ਗੋਪਾਲਚਾਰੀ ਐਸ ਰਾਦਾ ਕ੍ਰਿਸ਼ਨ ਤੇ ਸੀਵੀ ਰਮਨੂ ਮਿਲਿਆ ਸੀ ਤੇ ਇਸ ਵਾਰ ਜੋ 2020 ਦੇ ਵਿੱਚ ਭਾਰਤ ਰਤਨ ਅਵਾਰਡ ਨਹੀਂ ਦਿੱਤੇ ਗਏ ਹਨ 2019 ਤੱਕ ਹੀ ਲਾਸਟ ਟਾਈਮ ਦਿੱਤੇ ਗਏ ਸਨ ਬਾਕੀ ਨੈਕਸਟ ਇੰਪੋਰਟੈਂਟ ਕਰੰਟ ਅਫੇਅਰ 2020 ਦੇ ਵੀ ਅਸੀਂ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਡੀਓ